ਸੱਜਰੀਏ ਕਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਦੀ ਇਹ ਵੀਡੀਓ ਆਪਣੀ ਖਾਸ ਹੋਵੇਗੀ ਬੜੀ ਜ਼ਰੂਰੀ ਉਹਨਾਂ ਕਿਸਾਨਾਂ ਦੇ ਵਾਸਤੇ ਜਿਨ੍ਹਾਂ ਨੇ ਪਸ਼ੂ ਰੱਖੇ ਨੇ ਤੁਹਾਡੇ ਕੋਲ گاਵਾ ਨੇ ਜਾਂ ਮੱਝਾਂ ਨੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਸ਼ੂਆਂ ਦਾ ਦੁੱਧ ਵਧਾਉਣ ਦੇ ਲਈ ਕਿਹੜੇ ਕਿਹੜੇ ਤਰੀਕੇ ਆਪਾਂ ਵਰਤ ਸਕਦੇ ਹਾਂ ਕੁਝ ਵਧੀਆ ਫਾਰਮੂਲੇ ਕਈ ਵਾਰੀ ਆਪਾਂ ਨੂੰ ਇਹ ਦਿੱਕਤ ਜਿਹੜੀ ਹੈ ਦੇਖਣ ਨੂੰ ਮਿਲਦੀ ਏ ਕੋਈ ਆਪਾਂ ਇੰਜੈਕਸ਼ਨ ਲਵਾ ਦਿੰਨੇ ਆ ਪਸ਼ੂ ਨੂੰ ਤਾਂ ਟੀਕਾ ਲੱਗਣ ਦੇ ਕਾਰਨ ਪਸ਼ੂ ਦੁੱਧ ਤੋਂ ਡਾਊਨ ਚਲਾ ਜਾਂਦਾ ਜਾਂ ਕਈ ਵਾਰੀ ਆਟੋਮੈਟਿਕ ਹੀ ਆਪਣੀ ਗਾਂ ਜਾਂ ਮੱਝ ਜਿਹੜੀ ਹੈ ਦੁੱਧ ਤੋਂ ਘਟ ਜਾਂਦੀ ਏ ਜਾਂ ਦੋ ਆਪਾਂ ਵੇਖਣਾ ਚਾਹੁੰਦੇ ਆ ਕਿ ਉਹਦੀ ਕਿੰਨੀ ਕੁ ਕੁਆਲਿਟੀ ਏ ਉਹਦੇ ਵਾਸਤੇ ਅਸੀਂ ਕਿਹੜੀਆਂ ਚੀਜ਼ਾਂ ਉਹਨੂੰ ਪਾਈਏ ਵੰਡ ਤੋਂ ਇਲਾਵਾ ਜਾਂ ਇੰਜੈਕਸ਼ਨ ਲਵਾਉਣ ਤੋਂ ਇਲਾਵਾ ਜਾਂ ਦਵਾਈਆਂ ਦੇਣ ਤੋਂ ਇਲਾਵਾ ਸਾਡੇ ਕੋਲ ਦੂਸਰੇ ਤਰੀਕੇ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਕਿਸਾਨ ਕਰਦੇ ਨੇ ਪਰ ਬੜੇ ਜ਼ਿਆਦਾ ਜ਼ਰੂਰੀ ਬੜੇ ਵਧੀਆ ਆਪਣੇ ਕੋਲ ਫਾਰਮੂਲੇ ਨੇ ਜਿਨ੍ਹਾਂ ਦੀ ਵਰ ਜੇ ਤੁਸੀਂ ਪੀਕ ਲੈਵਲ ਤੇ ਆਪਣੇ ਪਸ਼ੂ ਨੂੰ ਖੜਨਾ ਚਾਹੁੰਦੇ ਹੋ ਤਾਂ ਅੱਗੇ ਆਪਾਂ ਗੱਲਬਾਤ ਜਿਹੜੀ ਤੁਹਾਡੇ ਨਾਲ ਪੂਰੀ ਡਿਟੇਲ ਦੇ ਵਿੱਚ ਸਾਂਝੀ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਫਾਰਮਰ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਜਿਹੜਾ ਇੱਕ ਬੈਲ ਦਾ ਬਟਨ ਹੈ ਉਹਨੂੰ ਵੀ ਦਬਾ ਦਿਓ ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਜੜਿਆਓ ਤੁਹਾਡੇ ਤੱਕ ਪਹੁੰਚਦੇ ਰਹਿਣ 90% ਕਿਸਾਨਾਂ ਦੀ ਇਹ ਸ਼ਿਕਾਇਤ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਸਾਡਾ ਪਸ਼ੂ ਉਹਨਾਂ ਦੁੱਧ ਨਹੀਂ ਦਿੰਦਾ ਜਿੰਨਾ ਅਸੀਂ ਵਪਾਰੀ ਦੇ ਘਰ ਤੋਂ ਚੋ ਕੇ ਲਿਆਏ ਸਾਂ ਜਦੋਂ ਲਿਆਏ ਆ ਤਾਂ ਆਣ ਕੇ ਦੁੱਧੋਂ ਘਟ ਗਿਆ ਹੈ ਇਹਦੇ ਵਿੱਚ ਕਈ ਚੀਜ਼ਾਂ ਕੰਮ ਕਰਦੀਆਂ ਨੇ ਜਾਂ ਤਾਂ ਪਸ਼ੂ ਨੇ ਜੀ ਨਹੀਂ ਲਾਇਆ ਤੁਹਾਡੇ ਘਰ ਦੇ ਵਿੱਚ ਜਾ ਕੇ ਜਾਂ ਤੁਹਾਡੀ ਸਾਂਭ ਸੰਭਾਲ ਜਿਹੜੀ ਘੱਟ ਹੈ ਜਾਂ ਪਸ਼ੂ ਜਿਹੜਾ ਜਾਦੇ ਪਸ਼ੂਆਂ ਦੇ ਵਿੱਚੋਂ ਬੱਜਾ ਆਇਆ ਹੈ ਤੇ ਇੱਥੇ ਆ ਕੇ ਕੱਲਾ ਵੱਜ ਗਿਆ ਹੈ ਉਹਦੇ ਕਾਰਨ ਕਈ ਪਸ਼ੂ ਜਿਹੜੇ ਦੁੱਧ ਤੋਂ ਡਾਊਨ ਚਲੇ ਜਾਂਦੇ ਨੇ ਜਾਂ ਫਿਰ ਬਹੁਤੀ ਵਾਰੀ ਕੀ ਦੇਖਿਆ ਜਾਂਦਾ ਹੈ ਕਿ ਕੋਈ ਵੀ ਛੋਟੀ ਤੋਂ ਛੋਟੀ ਦਿੱਕਤ ਵੀ ਚਾਹੇ ਕਿਉਂ ਨਾ ਪਸ਼ੂ ਨੂੰ ਆ ਜਾਵੇ ਬੁਖਾਰ ਹੀ ਚੜ ਜਾਵੇ ਉਹ ਠੀਕ ਹੋਣ ਤੋਂ ਬਾਅਦ ਦੇ ਵਿੱਚ ਪਸ਼ੂ ਜਿਹੜਾ ਹੈ ਪਹਿਲੇ ਦੁੱਧ ਤੇ ਨਹੀਂ ਜਾਂਦਾ ਇਹਦੇ ਲਈ ਤੁਹਾਨੂੰ ਕੋਈ ਵੀ ਇੰਜੈਕਸ਼ਨ ਲਵਾਉਣ ਦੀ ਕੋਈ ਦਵਾਈ ਦੇਣ ਦੀ ਗੋਲੀ ਦੇਣ ਦੀ ਜ਼ਰੂਰਤ ਨਹੀਂ ਹੈ ਗੋਲੀਆਂ ਦੇ ਨਾਲ ਜਾਂ ਇੰਜੈਕਸ਼ਨਾਂ ਦੇ ਨਾਲ ਕਦੇ ਵੀ ਪਸ਼ੂ ਦੁੱਧ ਤੋਂ ਨਹੀਂ ਵੱਧਦੇ ਹੁੰਦੇ ਇਹਦੇ ਲਈ ਆਪਾਂ ਨੂੰ ਧਿਆਨ ਦੇਣਾ ਪਵੇਗਾ ਕਿ ਕਿਹੜੀਆਂ ਚੀਜ਼ਾਂ ਦੀ ਜ਼ਰੂਰ ਤਾਂ ਪਸ਼ੂ ਨੂੰ ਜਿਹੜੀਆਂ ਆਪਾਂ ਦਈਏ ਜਿਹਦੇ ਨਾਲ ਉਹਦੀ ਦੁੱਧ ਕਪੈਸਿਟੀ ਜਿਹੜੀ ਆ ਪੀਕ ਲੈਵਲ ਤੇ ਜਾਵੇ ਗਾਵਾਂ ਨੇ ਜਾਂ ਮੱਝਾਂ ਕਿਸੇ ਵੀ ਪਸ਼ੂ ਦਾ ਤੁਸੀਂ ਦੁੱਧ ਵਧਾਉਣਾ ਚਾਹੁੰਦੇ ਹੋ ਉਹਨੂੰ ਚੰਗੇ ਦੁੱਧ ਤੇ ਖੜਨਾ ਚਾਹੁੰਦੇ ਹੋ ਇੱਕ ਨੰਬਰ 1 ਫਾਰਮੂਲਾ ਨੋਟ ਕਰ ਲਿਓ ਜੇ 2-3 ਦਿਨ ਵਰਤਣ ਦੇ ਨਾਲ ਹੀ ਤੁਹਾਨੂੰ ਇੰਨੇ ਕ ਜਿਆਦੇ ਵਧੀਆ ਰਿਜ਼ਲਟ ਮਿਲਣਗੇ ਗਾਵਾਂਾਂ ਤੇ ਪਹਿਲਾਂ ਮਿਲ ਸਕਦੇ ਨੇ ਤੇ ਮੱਝਾਂ ਦੇ ਉੱਤੇ ਹੋ ਸਕਦਾ ਹੈ ਕਿ ਤੁਹਾਨੂੰ 2-3 ਦਿਨ ਇਹ ਜਿਹੜੀ ਚੀਜ਼ ਹੈ ਵਰਤਣੀ ਪਵੇ ਪਰ ਰਿਜ਼ਲਟ ਸਿਰਾ ਨੇ ਇਹਦੇ ਨਾਲੋਂ ਕੋਈ ਵਧੀਆ ਚੀਜ਼ ਪਸ਼ੂਆਂ ਦਾ ਦੁੱਧ ਵਧਾਉਣ ਦੇ ਲਈ ਤਰੀਕਾ ਹੋ ਨਹੀਂ ਹੈਗਾ ਜਿਹੜੀਆਂ ਤੁਸੀਂ ਚੀਜ਼ਾਂ ਇੱਥੇ ਨੋਟ ਕਰਨੀਆਂ ਨੇ ਇਸ ਫਾਰਮੂਲੇ ਨੂੰ ਤਿਆਰ ਕਰਨ ਦੇ ਲਈ ਸਿਰਫ ਚਾਰ ਕੁ ਚੀਜ਼ਾਂ ਦੀ ਹੀ ਤੁਹਾਨੂੰ ਜ਼ਰੂਰਤ ਹੈ ਕੋਈ ਬਹੁਤੀਆਂ ਚੀਜ਼ਾਂ ਦੀ ਆਪਾਂ ਵਰਤੋਂ ਨਹੀਂ ਕਰਨੀ ਨੋਟ ਕਰ ਲਿਓ ਜੇ 50 ਗ੍ਰਾਮ ਮੋਟੀ ਇਲਾਚੀ 100 ਗ੍ਰਾਮ ਸੌਂਫ 50 ਗ੍ਰਾਮ ਜੀਰਾ ਤੇ ਚਾਰ ਕੂਜੇ ਕੂਜੇ ਪ੍ਰਾਣ ਬਜ਼ੁਰਗ ਜਾਣਦੇ ਹੋਣਗੇ ਕੂਜੇ ਕੀ ਹੁੰਦੇ ਆ ਜਾਂ ਫਿਰ ਤੁਹਾਨੂੰ ਆਮ ਪंसारी ਦੇ ਕੋਲੋਂ ਦੁਕਾਨ ਦੇ ਉੱਤੋਂ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੇ ਤੁਸੀਂ ਇਹ ਚਾਰੇ ਹੀ ਚੀਜ਼ਾਂ ਜਿਹੜੀਆਂ ਲੈ ਆਉਣੀਆਂ ਨੇ ਇਹਨਾਂ ਨੂੰ ਲਿਆ ਕੇ ਜੇਕਰ ਤੁਸੀਂ ਗਾਂ ਨੂੰ ਇਹ ਫਾਰਮੂਲਾ ਵਰਤਨਾ ਹੈ ਗਾਂ ਦੇ ਦੁੱਧ ਵਧਾਉਣ ਦੇ ਲਈ ਤਾਂ 2 ਲੀਟਰ ਤੁਸੀਂ ਮੱਝ ਦਾ ਦੁੱਧ ਲੈਣਾ ਹੈ ਤੇ ਜੇਕਰ ਤੁਸੀਂ ਮੱਝ ਦੇ ਉੱਤੇ ਜਿਹੜਾ ਤਰੀਕਾ ਵਰਤਨਾ ਹੈ ਤਾਂ ਤੁਸੀਂ 2 ਲੀਟਰ ਗਾਂ ਦਾ ਦੁੱਧ ਲੈਣਾ ਹੈ ਸੋ ਇਸ 2 ਲੀਟਰ ਦੁੱਧ ਦੇ ਵਿੱਚ ਤੁਸੀਂ 50 ਗ੍ਰਾਮ ਜਿਹੜੀ ਮੋਟੀ ਇਲਾਚੀ ਆਪਾਂ ਦੱਸੀਏ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰਕੇ ਵਿੱਚ ਪਾ ਦੇਣਾ ਸੌਂਫ ਜਿਹੜੀ 100 ਗ੍ਰਾਮ ਹੈ ਤੇ 50 ਗ੍ਰਾਮ ਜੀਰਾ ਇਹ ਤਿੰਨਾਂ ਹੀ ਚੀਜ਼ਾਂ ਨੂੰ ਤੁਸੀਂ 2 ਲੀਟਰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਰਿਨਨ ਆਏ ਉਦੋਂ ਤੱਕ ਜਦੋਂ ਤੱਕ ਇਹ ਚੰਗੀ ਤਰ੍ਹਾਂ ਵਿੱਚ ਘੁਲ ਨਾ ਜਾਣ ਦੋ ਉਬਾਲੇ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਜਿਹੜਾ ਕੜਾਹ ਹੈ ਆਪਣਾ ਦੁੱਧ ਹੈ ਜਿਹੜਾ ਇਹਨੂੰ ਥੱਲੇ ਲਾ ਲੈਣਾ ਹੈ ਥੱਲੇ ਲਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਹਦੇ ਵਿੱਚ ਚਾਰ ਕੂਜੇ ਜਿਹੜੇ ਨੇ ਆਪਣੇ ਉਹਨਾਂ ਚੌਹਾਂ ਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਕੁੱਟ ਕੇ ਇਹਦੇ ਵਿੱਚ ਘੋਲ ਦੇਣਾ ਹੈ ਤੇ ਜਦੋਂ ਘੋਲਣ ਤੋਂ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਤਾਂ ਪਸ਼ੂ ਦੇ ਅੱਗੇ ਰੱਖ ਦਿਓ ਵੈਸੇ ਤਾਂ ਜਾਦੇ ਚਾਂਸ ਨੇ ਕਿ ਮਿੱਠੀ ਚੀਜ਼ ਹੈ ਇਹਨੂੰ ਪਸ਼ੂ ਜਿਹੜੇ ਵੈਸੇ ਹੀ ਪੀ ਜਾਣਗੇ ਪਰ ਜੇ ਨਾ ਪੀਣ ਤਾਂ ਤੁਸੀਂ ਨਾਲ ਦੇ ਨਾਲ ਜਾਂ ਫਿਰ ਚੋਖਰ ਦੇ ਵਿੱਚ ਮਿਲਾ ਕੇ ਜਿਹੜੀ ਫਾਰਮੂਲਾ ਹੈ ਜਿਹੜਾ ਤਰੀਕਾ ਹੈ ਇਹਨੂੰ ਦੇ ਸਕਦੇ ਹੋ ਇਹ ਦਿਨ ਦੇ ਵਿੱਚ ਇੱਕ ਵਾਰ ਹੀ ਨਾ ਸ਼ਾਮ ਨੂੰ ਤੁਸੀਂ ਦੇਖ ਸਕਦੇ ਹੋ ਜਦੋਂ ਪੱਠੇ ਖਾ ਕੇ ਪਸ਼ੂ ਬੈਠ ਜਾਵੇ ਰਾਤ ਨੂੰ ਤਾਂ ਉਦੋਂ ਤੁਸੀਂ ਇਹ ਜਿਹੜਾ ਫਾਰਮੂਲਾ ਹੈ ਉਹਨੂੰ ਦਿਓ 2-3 ਦਿਨ ਦੇਣ ਦੇ ਨਾਲ ਹੀ ਤੁਹਾਨੂੰ ਚੰਗੇ ਰਿਜ਼ਲਟ ਜਿਹੜੇ ਆ ਦੇਖਣਗੇ ਪਸ਼ੂ ਦੇ ਵਿੱਚ ਦੁੱਧ ਕਪੈਸਿਟੀ ਜਿਹੜੀ ਹੈ ਉਹਦੀ ਵਧੇਗੀ ਇਹ ਲਗਾਤਾਰ ਦੇਣ ਵਾਲੀ ਚੀਜ਼ ਨਹੀਂ ਕਿ ਤੁਸੀਂ 2-3 ਦਿਨ ਹੀ ਦੋਗੇ ਤਾਂ ਤੁਹਾਨੂੰ ਬੇहद ਜਿਆਦਾ ਵਧੀਆ ਰਿਜ਼ਲਟ ਜਿਹੜੇ ਆਪਣੇ ਪਸ਼ੂ ਦੇ ਉੱਤੇ ਉਹ ਦੇਖਣ ਨੂੰ ਮਿਲਣਗੇ ਸੋ ਬੜਾ ਹੀ ਚੰਗਾ ਤਰੀਕਾ ਹੈ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਗਾਵਾਂ ਦੇ ਉੱਤੇ ਮੱਝਾਂ ਦੇ ਉੱਤੇ ਕੋਈ ਵੀ ਪਸ਼ੂ ਨਹੀਂ ਵੱਧਦਾ ਕਿਸੇ ਟੀਕੇ ਦੇ ਕਾਰਨ ਗੋਲੀ ਦੇ ਕਾਰਨ ਕਿਸੇ ਵੀ ਬਿਮਾਰੀ ਕਰਕੇ ਦੁੱਧ ਘਟਿਆ ਹੈ ਜਾਂ ਕੋਈ ਵੀ ਕਾਰਨ ਹੈ ਦੁੱਧ ਘਟਣ ਦਾ ਤੁਸੀਂ ਉਹਦੇ ਵਿੱਚ ਜਿਹੜਾ ਤਰੀਕਾ ਵਰਤ ਸਕਦੇ ਹੋ ਤੁਹਾਨੂੰ ਬੇਹੱਦ ਜ਼ਿਆਦਾ ਛੇਤੀ ਤੇ ਵਧੀਆ ਰਿਜ਼ਲਟ ਇਹਦੇ ਤੋਂ ਦੇਖਣ ਨੂੰ ਮਿਲਣਗੇ ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਬੈਨੀਫਿਟ ਹੋ ਸਕਦਾ ਹੈ ਪਸ਼ੂ ਜ਼ਿਆਦੇ ਟੀਕਿਆਂ ਤੋਂ ਗੋਲੀਆਂ ਤੋਂ ਦਵਾਈਆਂ ਤੋਂ ਬਚ ਸਕਦੇ ਆ ਇਹ ਤਰੀਕਾ ਵਰਤਣ ਦੇ ਨਾਲ ਸੋ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਨੂੰ ਵੇਖਣ ਲਈ ਸ਼ੇਅਰ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ